ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਜਿਹੜਾ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ, ਵਾਲੇ ਉੱਥੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕ ਉੱਥੇ ਪਹੁੰਚ ਰਹੇ ਆ, ਉਹਦੇ ਲਈ ਅਸੀਂ ਸਾਰੇ ਵਧਾਈ ਦੇ ਪਾਤਰ ਹਾਂ ਕਿ ਜਿਵੇਂ ਇਸ ਵਾਰ ਬਹੁਤ ਸਾਡੀ ਜ਼ਿੰਦਗੀ ਵਿੱਚ ਅਸੀਂ ਪਹਿਲੀ ਵਾਰ ਦੇਖਿਆ ਜਿਹੜਾ ਸੰਘਰਸ਼ ਲੋਕਾਂ ਨੇ ਇਕੱਠੇ ਕਰਤੇ ਲੋਕ, ਅਤੇ ਉਸ ਏਕੇ ਦੇ ਨਾਲ ਸਾਡੀ ਜਿਹੜੀ ਜਿੱਤ ਵੀ ਉਹ ਯਕੀਨੀ ਹੋ ਗਈ ਹੈ। ਅਤੇ ਬਹੁਤ ਸਾਰੇ ਲੋਕ ਜਿਵੇਂ ਕਿ ਕੋਈ ਘਰੇਲੂ ਮਜ਼ਬੂਰੀਆਂ ਹੁੰਦੀਆਂ ਨੇ ਉਹ ਉੱਥੇ ਨਹੀਂ ਜਾ ਸਕਦੇ, ਉਹ ਇੱਥੋਂ ਬੈਠ ਕੇ ਅਸੀਂ ਜਿਹੜੇ ਉੱਥੇ ਜਾਣ ਵਾਲੇ ਉਹਨਾਂ ਦੀ ਮਦਦ ਕਰਨ ਲਈ ਇੱਕ ਕਮੇਟੀ ਬਣਾਈ ਹੈ। ਪਿੰਡ ਰਾਜਪੁਰ ਦੇ ਵਿੱਚ ਖੜਿਆ ਸੀ, ਸਵੇਰੇ 8 ਵਜੇ ਸਕੂਲ ਦੇ ਗਰਾਊਂਡ ਦੇ ਕੋਲ ਅਸੀਂ ਪਿੰਡ ਵਾਸੀਆਂ ਨੇ ਬੇਨਤੀ ਕਰਦੇ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇੱਥੇ ਪਹੁੰਚੋ। ਆਪਾਂ ਇੱਕ ਕਮੇਟੀ ਬਣਾ ਰਹੇ ਹਾਂ, ਉਸ ਕਮੇਟੀ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਜਾਊ ਕਿ ਜਿਹੜੇ ਵੀ ਕਿਸਾਨ ਉੱਥੇ ਧਰਨੇ 'ਤੇ ਪਹੁੰਚ ਰਹੇ ਆ, ਉਹਨਾਂ ਨੂੰ ਕੋਈ ਪਰਿਵਾਰਕ ਲੋੜ ਹੈ ਜਾਂ ਉਹਨਾਂ ਨੂੰ ਕੋਈ ਖੇਤੀਬਾੜੀ ਦੇ ਸੰਬੰਧੀ ਕੋਈ ਕੰਮ ਅਧੂਰਾ ਰਹਿ ਗਿਆ, ਉਹ ਅਸੀਂ ਮਦਦ ਕਰਾਂਗੇ। ਇੱਕ ਅਸੀਂ ਹੋਰ ਕੋਸ਼ਿਸ਼ ਕਰਾਂਗੇ, ਜਿਵੇਂ ਜ਼ਿਆਦਾ ਇਕੱਠੇ ਸਾਰੇ ਇੱਕ ਇਕੱਠੇ ਜਾਣ ਦੀ ਬਜਾਏ ਅਸੀਂ ਇਹ ਕੋਸ਼ਿਸ਼ ਕਰਾਂਗੇ ਵੀ ਇਹੋ ਜਿਹੇ ਵੀ ਕੋਸ਼ਿਸ਼ ਜਥੇ ਬਣਾ ਲਈਏ, ਵੀ 20 ਜਾਂ 30 40 ਇੱਕ ਗਰੁੱਪ ਬਣਾ ਲਈਏ, ਵੀ ਵਾਰੀ ਵਾਰੀ ਵੱਟੇ ਜਾਈ ਜਾਈਏ, ਪਹਿਲਾਂ ਉਹ ਜਾਵੇ ਉਸ ਤੋਂ ਬਾਅਦ ਉਹ, ਅਤੇ ਜੇ ਇੱਕ ਦੂਜੇ ਦੇ ਕੰਮ ਦੇ ਵਿੱਚ ਅਸੀਂ ਸਹਾਇਤਾ ਕਰਾਂਗੇ। ਅਤੇ ਇੱਕ ਜਿਹੜਾ ਹੋਰ ਆ ਬੇਨਤੀ ਸੀਗੀ ਕਿ ਜਿਹੜਾ ਇਹ ਸੰਘਰਸ਼ ਹੈ ਇਹਦੇ ਵਿੱਚ ਇਹਨੂੰ ਚਲਾਉਣ ਵਾਸਤੇ ਉੱਥੇ ਜਾਣ ਵਾਸਤੇ ਬਹੁਤ ਖਰਚਾ ਹੁੰਦਾ, ਤਾਂ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਉਹ ਜਿਵੇਂ ਸਾਡੇ ਜਿਹੜੇ ਮੇਰੇ ਸੀਨੀਅਰ ਖੜੇ ਆ ਇਹ ਇਹਨਾਂ ਦੀ ਸਲਾਹ ਹੋਊਗੀ ਕਿ ਕਿਵੇਂ ਫੰਡ ਇਕੱਠਾ ਕਰਨਾ, ਤਾਂ ਜਿਵੇਂ ਵੀ 50 ਰੁਪਏ ਕਿੱਲਾ ਦੇ ਹਿਸਾਬ ਨਾਲ ਇਹ ਕਹਿ ਰਹੇ ਨੇ, ਉਹ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਤੁਸੀਂ ਜ਼ਰੂਰ ਫੰਡ ਦਿਓ, ਅਤੇ ਆਪਾਂ ਜੇ ਨਹੀਂ ਆ ਸਕਦੇ ਜਿਵੇਂ ਵੀ ਤੁਸੀਂ ਇਸ ਸੰਘਰਸ਼ ਦੇ ਵਿੱਚ ਯੋਗਦਾਨ ਦੇ ਸਕਦੇ ਹੋ, ਜ਼ਰੂਰ ਯੋਗਦਾਨ, ਫਿਰ ਹੀ ਅਸੀਂ ਇਸ ਜੰਗ ਨੂੰ ਜਿੱਤ ਸਕਦੇ ਹਾਂ। ਸੋ ਇੰਨੀ ਕੁ ਬੇਨਤੀ ਕਬੂਲ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।